ਗੁਰਸਿੱਖ ਦਾ ਘਰ ਹੈ, ਸਿੱਖ ਦੇ ਘਰ ਵਿੱਚ ਬਾਣੀ ਨਹੀਂ ਪੜ੍ਹੀ ਜਾਂਦੀ, ਗੁਰਸਿੱਖ ਦੇ ਘਰ ਵਿੱਚ ਨਾਮ ਨਹੀਂ ਜਪਿਆ ਜਾਂਦਾ, ਤਾਂ ਘਰ ਕਿੱਦਾਂ ਪਵਿੱਤਰ ਹੋਏਗਾ? ਗੁਰਸਿੱਖ ਦੇ ਘਰ ਵਿੱਚ ਜੇ ਬਾਣੀ ਪੜ੍ਹੀ ਜਾਏਗੀ ਨਾ, ਤਾਂ ਸਿੱਖੀ ਦੀ ਡੜ ਲੱਗੀ ਰਹਿੰਦੀ ਹੈ ਘਰ ਵਿੱਚ। ਇਸ ਕਰਕੇ ਭਾਈ ਆਪਣੇ ਪਰਿਵਾਰਾਂ ਵਿੱਚ ਬਾਣੀ ਦਾ ਪਾਠ, ਭਜਨ, ਸਿਮਰਨ, ਬੰਦਗੀ ਜ਼ਰੂਰ ਕਰਨੀ ਚਾਹੀਦੀ ਹੈ। ਘਰਾਂ ਵਿੱਚ ਸੁੱਖ ਸ਼ਾਂਤੀ ਵਰਤ ਜਾਂਦੀ ਹੈ, ਜਿੱਥੇ ਨਾਮ ਜਪਿਆ ਜਾਂਦਾ, ਬਾਣੀ ਪੜ੍ਹੀ ਜਾਂਦੀ ਹੈ, ਉਹਨਾਂ ਘਰਾਂ ਨੂੰ ਨਾ ਪਰਿਵਾਰਾਂ ਨੂੰ ਭਾਗ ਲੱਗ ਜਾਂਦੇ ਹਨ। ਸਸੁਰ ਪਾਤ ਕੀਤੇ ਦੁੱਖ ਦੇਤ, ਪਰ ਮੇਰਾ ਸਹੁਰਾ ਬੜਾ ਵੱਡਾ ਪਾਪੀ ਹੈ। ਐਸੇ ਮਹਾਨ ਸਤਿਗੁਰੂ ਜਿਨ੍ਹਾਂ ਦਾ ਸਿਮਰਨ ਕਰਕੇ ਸਾਨੂੰ ਸੁੱਖ ਪ੍ਰਾਪਤ ਹੁੰਦਾ, ਜਿਨ੍ਹਾਂ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਨਾਮ ਨੂੰ ਜਪ ਕੇ ਸਾਨੂੰ ਜਿਨ੍ਹਾਂ ਨੇ ਹਮੇਸ਼ਾ ਸ਼ਾਂਤੀ ਸਾਡੇ ਹਿਰਦਿਆਂ ਨੂੰ ਠੰਡ ਪਾਈ, ਅੱਜ ਉਹਨਾਂ ਸਤਿਗੁਰਾਂ ਨੂੰ ਮੇਰਾ ਪਾਪੀ ਸਹੁਰਾ ਬੜਾ ਭਾਰੀ ਦੁੱਖ ਦੇ ਰਿਹਾ ਹੈ, ਇਹ ਮਨ ਵਿੱਚ ਸੋਚਦੀ ਹੈ, ਬਹੁਤ ਭਾਰੀ ਦੁਖੀ ਹੋ ਰਹੀ ਹੈ। ਕੋ ਅਗ ਤੇ ਮੈਂ ਇਨਹੋਂ ਨਕੇਤ, ਪਤਾ ਨਹੀਂ ਮੇਰੇ ਜਨਮ ਵਿੱਚ ਕੋਈ ਪੂਰਬਲਾ ਐਸਾ ਮੇਰੇ ਕੋਲੋਂ ਪਾਪ ਹੋਇਆ ਕਿ ਇਸ ਪਾਪੀ ਦੇ ਘਰ ਦੇ ਵਿੱਚ ਮੇਰੀ ਪਰਾਰਬਦ ਜੁੜੀ ਕਿ ਮੈਂ ਨਹੁੰ ਬਣ ਕੇ ਆਈ ਇਹਨਾਂ ਦੀ। ਕਿਤਕ ਦਿਵਸ ਤੇ ਪੀਓ ਨਾ ਪਾਣੀ, ਪਤਾ ਲੱਗਾ ਕਿ ਕਿੰਨੇ ਦਿਨਾਂ ਤੋਂ ਸਤਿਗੁਰਾਂ ਨੇ ਪਾਣੀ ਭਾਵ ਠੰਡਾ ਜਲ ਨਹੀਂ ਛਕਿਆ। ਖਾਏ ਨਾ ਭੋਜਨ ਨਿੰਦਰਾ ਹਾਨੀ, ਨਾ ਭੋਜਨ ਲੰਗਰ ਛਕਿਆ, ਨਾ ਆਰਾਮ ਕੀਤਾ, ਨੀਂਦ ਵੀ ਨਹੀਂ ਲਈ, ਜਾਗਦੇ ਹਨ। ਇੱਕ ਜੀਵਨ ਇਸ ਘਰ ਮਹਿ ਮੇਰੋ, ਮੇਰਾ ਜੀਵਨ ਤਰਕਾਰ ਹੈ, ਇਸ ਘਰ ਵਿੱਚ ਰਹਿਣਾ ਮੇਰੇ ਲਈ ਤਰਕਾਰ ਹੈ। ਗੁਰ ਕੋ ਦੁੱਖ ਸੁਣ ਤੇ ਰੋਐ ਹੇਰੋ, ਮੈਂ ਗੁਰੂ ਸਾਹਿਬ ਦਾ ਦੁੱਖ ਸੁਣ ਕੇ ਅਜੇ ਤੱਕ ਜਿਉਂਦੀ ਬੈਠੀ ਹੈ, ਇਸ ਘਰ ਦੇ ਵਿੱਚ ਉਸੇ ਤਰ੍ਹਾਂ ਰਹਿ ਰਹੀ ਹੈ, ਇਹਦੇ ਨਾਲੋਂ ਮੇਰਾ ਮਰ ਜਾਣਾ ਚੰਗਾ ਸੀ। ਰਹੇ ਉਹਨਾਂ ਗਏ ਮਿਠਾਈ ਘੋਰੀ, ਉਸੇ ਵਕਤ ਇਹ ਭਾਵਨਾ ਹੈ, ਇਹ ਸ਼ਰਧਾ ਹੈ, ਇਹ ਪ੍ਰੇਮ ਹੈ। ਸਾਧ ਸੰਗਤ ਜੀ ਛੰਨਾ ਲਿਆ, ਛੰਨਾ ਮਾਂਜ ਕੇ ਉਹਦੇ ਵਿੱਚ ਠੰਡਾ ਜਲ ਪਾਇਆ, ਠੰਡਾ ਜਲ ਪਾ ਕੇ ਉਹਦੇ ਵਿੱਚ ਮਿੱਠਾ ਘੋਲਿਆ, ਥੋੜ੍ਹਾ ਦੁੱਧ ਪਾਇਆ, ਇਉਂ ਉਹ ਸ਼ਰਬਤ ਸਤਿਗੁਰੂ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਲਈ ਤਿਆਰ ਕੀਤਾ ਹੈ। ਕੁਛ ਭੋਜਨ ਲੈ ਗਮਨੀ ਚੋਰੀ, ਥੋੜ੍ਹਾ ਜਿਹਾ ਭੋਜਨ ਤਿਆਰ ਕਰਕੇ ਪ੍ਰਸ਼ਾਦਾ ਸਤਿਗੁਰੂ ਜੀ ਲਈ ਲੈ ਕੇ ਤਿਆਰ ਕਰਕੇ ਚੋਰੀ ਚੋਰੀ ਪਰਦੇ ਵਿੱਚ ਜਿੱਥੇ ਸਤਿਗੁਰੂ ਜੀ ਨੂੰ ਤਸੀਹਾ ਦਿੱਤਾ ਜਾ ਰਿਹਾ ਸੀ ਉੱਧਰ ਨੂੰ ਚੱਲ ਪਈ ਹੈ। ਪਹੁੰਚੀ ਜਿਹਠਾਂ ਖਰੇ ਸਿਪਾਹੀ, ਉੱਥੇ ਪਹੁੰਚ ਗਈ ਜਿੱਥੇ ਬਹੁਤ ਕਰੜਾ ਪਹਿਰਾ ਸਿਪਾਹੀਆਂ ਦਾ ਲੱਗਾ ਹੋਇਆ ਹੈ। ਸੁਖ ਚਿਤ ਡਰਤ ਜਾਤ ਨਹਿ ਪਾਹੀ, ਹੁਣ ਡਰਦੀ ਹੈ ਮਨ ਵਿੱਚ। ਚੰਦੂ ਦੀ ਨਹੁੰ ਹੈ, ਹਿੰਦੁਸਤਾਨ ਦਾ ਮੁੱਖ ਵਜ਼ੀਰ ਹੈ, ਸੰਕੋਚ ਦੀ ਹੈ, ਡਰ ਭੈ ਵੀ ਹੈ ਮਨ ਵਿੱਚ, ਅਤੇ ਨੇੜੇ ਨਹੀਂ ਜਾਂਦੀ ਹੈ ਸਿਪਾਹੀਆਂ ਦੇ ਕੋਲੇ ਕਿ ਪਛਾਣ ਆ ਗਈ, ਪਤਾ ਲੱਗ ਜਾਏਗਾ। ਇੱਕ ਹਕਾਰ ਕਰ ਆਪਣੇ ਪਾਸ, ਫਿਰ ਉਹਨਾਂ ਸਿਪਾਹੀਆਂ ਵਿੱਚੋਂ ਇੱਕ ਨੂੰ ਆਪਣੇ ਪਾਸ ਬੁਲਾਇਆ ਇਸ਼ਾਰਾ ਕਰਕੇ। ਦੀਨ ਸਜੇਵਰ ਤਿਨਹਿ ਨਿਕਾਸ, ਆਪਣੇ ਜਿੰਨੇ ਸੋਨੇ ਦੇ ਹੀਰੇ ਜੜਤ ਗਹਿਣੇ ਪਾਏ ਹੋਏ ਸੀ ਨਾ ਸਾ